ਫਰੀ ਨਿਸਕਾਮ ਸੇਵਾ ਸੁਸਾਇਟੀ ਸੋਨੀ ਗਿੱਲ ਸਾਡਾ 28ਵਾਂ ਸਰਵ ਧਰਮ ਸੰਮੇਲਨ ਅਤੇ ਰੋਸ਼ਨੀ ਦਿਵਸ ਬੀਬੀ ਫਾਤਮਾ ਚੇਅਰਪਰਸਨ ਬਾਬਾ ਫਰੀ ਨਿਸਕਾਮ ਸੇਵਾ ਸੁਸਾਇਟੀ ਦੀ ਅਗਵਾਈ ਵਿੱਚ ਅੱਜ ਉਸ ਸੰਬੰਧ ਵਿੱਚ ਅਸੀਂ ਬੈਠਕ ਕੀਤੀ ਸੀ ਜਿਸ ਵਿੱਚ ਕਲਾਕਾਰ ਅਤੇ ਧਾਰਮਿਕ ਸਮਾਗਮ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਇਸ ਵੱਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੀਆਂ। ਇਸ ਕਰਕੇ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਰਵ ਧਰਮ ਸੰਮੇਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਹਿਯੋਗ ਦੇਣ। ਤਾਜਦਾਰਾਂ ਦੇ ਨਾਂ ਅਮੀਰਾਂ ਦੇ ਮੇਲੇ ਲੱਗਦੇ ਸਦਾ ਫਕੀਰਾਂ ਦੇ। ਸੋ ਅੱਜ ਆਪਾਂ ਇੱਕ ਬਹੁਤ ਹੀ ਪਾਕ ਪਵਿੱਤਰ ਦਰਗਾਹ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਕਿ ਪਿਛਲੇ 28 ਸਾਲ ਤੋਂ ਕੰਟੀਨਿਊਸ ਮੇਲਾ ਕਰਾਇਆ ਜਾਂਦਾ, ਰੋਸ਼ਨੀ ਮੇਲਾ ਕਰਾਇਆ ਜਾਂਦਾ, ਜਿਹੜਾ ਕਿ ਬੀਬੀ ਫਾਤਮਾ ਜੀ ਵੱਲੋਂ ਜਿਹੜੇ ਕਿ ਸਰਵ ਧਰਮ ਸੰਮੇਲਨ ਦੇ ਚੇਅਰਪਰਸਨ ਨੇ, ਸਰਪ੍ਰਸਤ ਵੀ ਨੇ, ਉਹਨਾਂ ਵੱਲੋਂ ਮੇਲਾ ਕਰਵਾਇਆ ਜਾਂਦਾ ਔਰ ਹਰ ਸਾਲ ਲੋੜਵੰਦ ਕੁੜੀਆਂ ਦੇ ਵਿਆਹ ਔਰ ਰਾਸ਼ਨ, ਜਿਹਨਾਂ ਨੂੰ ਰਾਸ਼ਨ ਚਾਹੀਦਾ ਉਹਨਾਂ ਨੂੰ ਰਾਸ਼ਨ ਵੰਡਿਆ ਜਾਂਦਾ। ਇੱਥੋਂ ਤੱਕ ਕਿ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ, ਪਰ ਇਸ ਵਾਰੀ ਸਿਰਫ ਕੁੜੀਆਂ ਦੇ ਵਿਆਹ ਕਰਨੇ ਆ ਔਰ ਰਾਸ਼ਨ ਵੰਡਣਾ ਆ, ਮਸ਼ੀਨਾਂ ਦਿੱਤੀਆਂ ਜਾਣਗੀਆਂ ਔਰ ਸਵੇਰੇ 9 ਤੋਂ 1 ਵਜੇ ਤੱਕ ਕਵਾਲੀਆਂ ਹੋਣਗੀਆਂ। ਉਸ ਤੋਂ ਬਾਅਦ ਸੱਭਿਆਚਾਰ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਉੱਚ ਕੋਟੀ ਦੇ ਕਲਾਕਾਰ ਹਾਜ਼ਰੀ ਲਵਾਉਣਗੇ। ਸੋ ਉਸ ਸੰਬੰਧ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋਏ ਸੀ ਕਿ ਉਸ ਸੰਬੰਧ ਵਿੱਚ ਅਸੀਂ ਅੱਜ ਇੱਥੇ ਮੀਟਿੰਗ ਕੀਤੀ ਆ। ਕਿੰਨੀ ਤਰੀਕ ਦਾ ਪ੍ਰੋਗਰਾਮ ਰੱਖਿਆ? 28 ਤਰੀਕ ਦਾ ਜੀ, 28 ਫਰਵਰੀ ਔਰ 28ਵਾਂ ਹੀ ਮੇਲਾ, 28ਵਾਂ ਰੋਸ਼ਨੀ ਦਿਵਸ 28 ਫਰਵਰੀ ਨੂੰ ਕਰਵਾਇਆ ਜਾ ਰਿਹਾ ਜੀ, ਜਿਹੜਾ ਕਿ ਬਹੁਤ ਧੂਮਧਾਮ ਨਾਲ, ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਔਰ ਬਹੁਤ ਵਿਸ਼ਾਲ ਇਕੱਠ ਹੁੰਦਾ। ਸੋ ਸਾਰਿਆਂ ਨੂੰ ਮੈਂ ਇਹਦੇ ਨਾਲ ਇੱਕ ਬੇਨਤੀ ਵੀ ਕਰਦੀ ਕਿ ਸਾਰੇ ਉਸ ਦਿਨ ਹਾਜ਼ਰੀ ਜ਼ਰੂਰ ਲਵਾਉਣ, ਬਹੁਤ ਇਕੱਠ ਹੁੰਦਾ ਔਰ ਬਹੁਤ ਵਧੀਆ ਮੇਲਾ ਹੁੰਦਾ ਔਰ ਬਹੁਤ ਪਾਕ ਪਵਿੱਤਰ ਜਗ੍ਹਾ ਜਿੱਥੇ ਹਾਜ਼ਰੀ ਲਵਾ ਕੇ ਸਭ ਦੀਆਂ ਝੋਲੀਆਂ ਭਰਦੇ ਨੇ। ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਇਹ ਸਮਾਂ ਇੱਦਾਂ ਨਾ ਜਾਣ ਦਿੱਤਾ ਜਾਵੇ ਔਰ ਇਹਦਾ ਪੂਰਾ ਫਾਇਦਾ ਲਿਆ ਜਾਵੇ ਔਰ ਸਾਰਿਆਂ ਨੂੰ ਇਸ ਮੇਲੇ 'ਚ ਹਾਜ਼ਰੀ ਲਵਾਉਣ ਦੀ ਮੈਂ ਗੁਜ਼ਾਰਿਸ਼ ਵੀ ਕਰਦੀ ਹਾਂ।